ਤਾਂ ਮੈਡਮ ਸਪਲੈਂਡਰ ਹੈਗਾ ਜਿੱਦਾਂ ਮਤਲਬ BS6 ਮਾਡਲ ਦਾ ਰੇਟ ਥੋੜ੍ਹਾ ਜ਼ਿਆਦਾ ਆ, ਕਿਸੇ ਕਸਟਮਰ ਨੂੰ ਨੀਡ ਹੈਗੀ ਆ ਵੀ ਇੰਨੇ ਪੈਸੇ ਨਹੀਂ ਖਰਚ ਸਕਦਾ, ਉਹਨਾਂ ਲਈ ਹੈਗਾ ਮੈਡਮ BS4 ਗੱਡੀ ਵੀ ਆਪਣੇ ਕੋਲ ਅਵੇਲੇਬਲ ਹੈਗੀ ਆ। ਡਿਸਕਾਊਂਟ ਸਕੀਮਸ ਜਿਹੜੀਆਂ ਹੀਰੋ ਵੱਲੋਂ ਆਈਆਂ ਹੋਈਆਂ ਬਹੁਤ ਅੱਛੀਆਂ ਸਕੀਮਸ ਆਈਆਂ ਹੋਈਆਂ, ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ ਇੱਥੇ। ਸਕੀਮਸ ਮਾਰਕੀਟ 'ਚ ਤੁਹਾਨੂੰ ਕਿਤੇ ਨਹੀਂ ਇਸ ਤਰ੍ਹਾਂ ਦੀ ਸਕੀਮਸ ਮਿਲਣਗੀਆਂ ਜਿਹੜੀਆਂ ਅਸੀਂ ਤੁਹਾਨੂੰ ਸਕੀਮਸ ਪ੍ਰੋਵਾਈਡ ਕਰਕੇ ਦੇਵਾਂਗੇ। ਨਮਸਕਾਰ, ਖਬਰ ਜਲੰਧਰ ਵਿੱਚ ਆਪ ਜੀ ਦਾ ਸਵਾਗਤ ਹੈ। ਸਪਨੇ ਜੋ ਦੇਖੋ ਪੂਰੇ ਹੋ ਸਕਦੇ ਨੇ, ਕਹਿੰਦੇ ਨੇ ਸਬਰਾਂ ਦੀ ਘੜੀ ਮਿੱਠੀ ਹੁੰਦੀ ਹੈ। ਤਾਂ ਤੁਹਾਡੇ ਸਾਰਿਆਂ ਵਾਸਤੇ ਮੈਂ ਇੱਕ ਬਹੁਤ ਅੱਛੀ ਨਿਊਜ਼ ਲੈ ਕੇ ਆਈ ਹਾਂ ਕਿ ਸਾਨੂੰ ਸਾਰਿਆਂ ਨੂੰ ਹੁੰਦਾ ਕਿ ਅਸੀਂ ਬਾਈਕ ਜਾਂ ਐਕਟਿਵਾ ਖਰੀਦੀਆਂ, ਪਰ ਅਸੀਂ ਦੇਖਦੇ ਹਾਂ ਕਿ ਸਾਨੂੰ ਖਾਸ ਔਫਰ ਕਿੱਥੋਂ ਮਿਲ ਰਹੀ ਹੈ। ਖਾਸ ਕਰਕੇ ਅਸੀਂ ਔਫਰ ਉਦੋਂ ਦੇਖਦੇ ਹਾਂ ਜਦੋਂ ਕੋਈ ਫੈਸਟੀਵਲ ਸੀਜ਼ਨ ਹੋਵੇ, ਔਰ ਦਿਵਾਲੀ ਦੇ ਨੇੜੇ ਤੇੜੇ ਤਾਂ ਬਹੁਤ ਜ਼ਿਆਦਾ ਦੇਖਦੇ ਹਾਂ। ਅਤੇ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਜਲੰਧਰ ਸਿਟੀ ਦੇ ਲੰਬਾਪਿੰਡ ਚੌਂਕ ਦੇ ਨੇੜੇ ਕੋਸਮੋ ਹੀਰੋ ਸ਼ੋਰੂਮ ਦੇ ਵਿੱਚ, ਜਿੱਥੇ ਬਹੁਤ ਅੱਛੀ ਔਫਰਸ ਮਿਲ ਰਹੀ ਹੈ। ਇਹਨਾਂ ਦਾ ਕਹਿਣਾ ਹੈ ਕਿ ਪੂਰੇ ਮਾਰਕੀਟ ਵਿੱਚ ਤੁਹਾਨੂੰ ਇੱਦਾਂ ਦੀ ਔਫਰ ਨਹੀਂ ਮਿਲੇਗੀ। ਆਖਿਰ ਕੀ ਔਫਰਸ ਨੇ ਇਹਨਾਂ ਦੇ ਕੋਲ ਜੋ ਇਹ ਇੰਨਾ ਦਾਅਵਾ ਕਰ ਰਹੇ ਆ? ਅਤੇ ਹੁਣ ਆਓ ਚਲੋ ਦੇਖਦੇ ਹਾਂ ਕੀ ਹੈ ਨਿਊ ਇਸ ਸ਼ੋਰੂਮ ਦੇ ਵਿੱਚ, ਕਿਹੜੀ ਕਿਹੜੀ ਚੀਜ਼ਾਂ ਨੇ ਜੋ ਤੁਸੀਂ ਬਾਏ ਕਰ ਸਕਦੇ ਹੋ ਨੇ। ਆ ਜਾਓ, ਫਾਈਨਲੀ ਹੁਣ ਅਸੀਂ ਪਹੁੰਚ ਗਏ ਹਾਂ ਅਤੇ ਇੱਥੇ ਦੇ ਜਿਹੜੇ ਸੇਲਸਮੈਨ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਖਾਸ ਹੈ ਉਹਨਾਂ ਦੇ ਪ੍ਰੋਡਕਟਸ ਦੇ ਵਿੱਚ ਔਰ ਕੀ ਔਫਰ ਦੇ ਰਹੇ ਨੇ ਜੋ ਮਾਰਕੀਟਸ ਤੋਂ ਅਲੱਗ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਡਮ, ਕੀ ਨਾਮ ਆਪਣਾ? ਮੇਰਾ ਨਾਮ ਸੁਸ਼ੀਲ ਹੈ ਮੈਡਮ। ਠੀਕ ਹੈ ਸਰ। ਅਤੇ ਸਰ ਮੈਂ ਪੁੱਛ ਰਹੀ ਸੀ ਜਿੱਦਾਂ ਦੀਵਾਲੀ ਫੈਸਟੀਵਲ ਆ ਰਿਹਾ ਹੈ ਅਤੇ ਤੁਸੀਂ ਕੀ ਔਫਰਸ ਲੈ ਕੇ ਆਏ ਹੋ? ਮੈਡਮ ਔਫਰਸ ਤਾਂ ਬਹੁਤ ਵਧੀਆ ਵਧੀਆ ਸਾਰਿਆਂ, ਆਪਣੇ ਸਕੂਟਰ 'ਤੇ ਵੀ ਹੈ, ਬਾਈਕ 'ਤੇ ਵੀ ਸਾਰੀਆਂ ਹੈਗੀਆਂ ਸਕੀਮਾਂ। ਆਪਣੇ ਸਕੂਟਰ ਦੀ ਗੱਲ ਕਰੀਏ ਮੈਡਮ, ਸਕੂਟਰ 'ਤੇ 2100 ਰੁਪਈਆ ਕੈਸ਼ ਡਿਸਕਾਊਂਟ ਹੈਗਾ, ਪਲੱਸ 2000 ਰੁਪਈਆ ਐਕਸਚੇਂਜ ਬੋਨਸ ਆ। ਕੋਈ ਕਸਟਮਰ ਗੱਡੀ ਐਕਸਚੇਂਜ ਕਰਾਉਣ 2000 ਰੁਪਈਆ ਪਲੱਸ ਕਾਰਪੋਰੇਟ ਸੇਲ, ਉਹਦੇ ਵਿੱਚ ਹਾਂਜੀ ਐਕਸਚੇਂਜ 'ਤੇ ਆ। ਕਾਰਪੋਰੇਟ ਸੇਲ ਆ ਮੈਡਮ, ਉਹਦੇ ਵਿੱਚ ਬੈਂਕ ਇੰਪਲੋਈ ਆ ਜਾਂਦੇ ਆ, ਇੰਸ਼ੋਰੈਂਸ ਵਾਲੇ ਆ ਜਾਂਦੇ ਆ, ਸਰਕਾਰੀ ਮੁਲਾਜ਼ਮ ਟੀਚਰ ਵਗੈਰਾ, ਉਹਨਾਂ ਸਾਰਿਆਂ ਵਾਸਤੇ ਮੈਡਮ 6800 ਤੱਕ ਦਾ ਤੁਹਾਨੂੰ ਇਹਦੇ ਵਿੱਚ ਬੈਨੀਫਿਟ ਮਿਲ ਜਾਣਾ। ਠੀਕ ਹੈ ਜੀ। ਬਾਈਕਸ 'ਤੇ ਮੈਡਮ ਆਪਾਂ 125 cc ਦੀ ਗੱਲ ਕਰੀਏ, ਸੁਪਰ ਸਪਲੈਂਡਰ ਹੋ ਗਿਆ, ਗਲੈਮਰ ਹੋ ਗਿਆ, ਇਹਨਾਂ 'ਤੇ ਵੀ 2100 ਰੁਪਏ ਤੱਕ ਦਾ ਤੁਹਾਨੂੰ ਕੈਸ਼ ਡਿਸਕਾਊਂਟ ਆ, ਪਲੱਸ 1000 ਰੁਪਏ ਤੱਕ ਦਾ ਤੁਹਾਨੂੰ ਐਕਸਚੇਂਜ ਬੋਨਸ ਮਿਲੂਗਾ ਅਤੇ 31 ਤੱਕ ਤੁਹਾਨੂੰ ਡਿਸਕਾਊਂਟ ਮਿਲ ਜਾਣਾ। ਅਤੇ ਜਿੱਦਾਂ ਗੱਲ ਕਰਦੇ ਹਾਂ ਗੱਡੀਆਂ ਵਗੈਰਾ ਦੀ, ਅਤੇ ਇਸ ਗੱਡੀ ਵਿੱਚ ਖਾਸ ਕੀ ਮੈਡਮ? ਇਸ ਗੱਡੀ ਦੇ ਵਿੱਚ ਮੈਂ ਤੁਹਾਨੂੰ ਸਭ ਤੋਂ 125 cc ਪਾਵਰਫੁੱਲ ਇੰਜਨ ਗੱਡੀ ਹੈ। ਠੀਕ ਹੈ ਜੀ। ਫਰੰਟ ਤੋਂ ਇਹਦੇ ਵਿੱਚ ਡਿਸਕ ਬ੍ਰੇਕ ਆ, ਜਿਹੜੀ ਕਿ ਬਹੁਤ ਘੱਟ ਸਕੂਟਰਾਂ ਦੇ ਵਿੱਚ ਡਿਸਕ ਬ੍ਰੇਕ ਮਿਲਦੀ ਹੈ ਤੁਹਾਨੂੰ, ਇਹਦੇ ਵਿੱਚ ਡਿਸਕ ਬ੍ਰੇਕ ਮਿਲੂਗੀ, ਪਲੱਸ 125 cc ਇਹਦੇ ਵਿੱਚ ਤੁਹਾਨੂੰ ਪਾਵਰਫੁੱਲ ਇੰਜਨ ਮਿਲੂਗਾ, ਅਤੇ ਪਲੱਸ i3s ਸਿਸਟਮ ਆ ਜੋ ਕਿ ਇਕੱਲਾ ਹੀਰੋ ਦੀ ਗੱਡੀ 'ਚ ਹੀ i3s ਮਿਲੂਗਾ ਤੁਹਾਨੂੰ। ਇਹਦਾ ਫਾਇਦਾ ਇਹ ਮੈਡਮ, ਮਤਲਬ ਇੰਜਨ ਲਾਈਫ ਵੱਧਦੀ ਆ, ਪਲੱਸ ਇਹਦੇ ਵਿੱਚ ਤੁਹਾਨੂੰ ਐਵਰੇਜ ਵਗੈਰਾ ਗੱਡੀ ਦੀ ਬੈਸਟ ਮਿਲ ਜਾਂਦੀ ਆ। ਇਹਦੇ ਵਿੱਚ ਇੱਦਾਂ ਜਿੱਦਾਂ ਆਪਾਂ ਔਨ ਰੋਡ ਕਿਤੇ ਜਾ ਰਹੇ ਹਾਂ, ਲਾਈਟਸ ਵਗੈਰਾ 'ਤੇ ਕਿਤੇ ਰੁਕਦੇ ਆ ਨਾ ਆਪਾਂ, ਅਤੇ ਆਪਾਂ ਨੂੰ ਔਫ ਕਰਨ ਦੀ ਲੋੜ ਨਹੀਂ ਪੈਣੀ, ਚਾਬੀ ਨਾ ਔਫ ਕਰਨ ਦੀ, ਕਈ ਵਾਰੀ ਚੱਲਦੀ ਰਹਿੰਦੀ ਹੈ, ਤੇਲ ਯੂਜ਼ ਹੁੰਦਾ ਰਹਿੰਦਾ ਆ, ਅਤੇ ਤੁਹਾਨੂੰ ਨੋਰਮਲ ਜਿੱਦਾਂ ਮਤਲਬ ਗੱਡੀ ਨਹੀਂ ਚਲਾਉਂਦੇ 5 ਤੋਂ 6 ਸੈਕਿੰਡ ਦੇ ਵਿੱਚ ਗੱਡੀ ਨੇ ਨੋਰਮਲ ਔਫ ਹੋ ਜਾਣਾ, ਦੁਬਾਰਾ ਜਦੋਂ ਸਟਾਰਟ ਕਰਨੀ ਹੈ ਤੁਹਾਨੂੰ ਸੈਲ ਮਾਰਨ ਦੀ ਲੋੜ ਨਹੀਂ ਪੈਣੀ, ਜਸਟ ਇਹਨੂੰ ਬ੍ਰੇਕ ਨੂੰ ਹਲਕੀ ਰੇਸ ਦਿਉਂਗੇ, ਗੱਡੀ ਨੇ ਨੋਰਮਲ ਸਟਾਰਟ ਹੋ ਜਾਣਾ, ਇਹਦਾ ਬੈਨੀਫਿਟ ਬਹੁਤ ਵਧੀਆ ਜੀ। ਅਤੇ EMI ਦੀ ਵੀ ਕੋਈ ਸੁਵਿਧਾ ਹੈਗੀ ਆ? ਹਾਂਜੀ ਹਾਂਜੀ ਮੈਡਮ, EMI ਦੀ ਹੈਗੀ ਆ, 4999 ਦੇ ਵਿੱਚ ਡਾਊਨ ਪੇਮੈਂਟ ਘੱਟ ਤੋਂ ਘੱਟ ਕਰਕੇ ਤੁਸੀਂ ਗੱਡੀ ਲੈ ਕੇ ਜਾ ਸਕਦੇ ਆ, ਪਲੱਸ ਘੱਟ ਤੋਂ ਘੱਟ ਰੇਟ ਆਫ ਇੰਟਰਸਟ। ਕਿਹੜੇ ਕਿਹੜੇ ਬੈਂਕਸ ਦੇ ਨਾਲ ਲਿੰਕ? ਆਪਣੇ ਤੋਂ ਮੈਡਮ L&T ਹੈਗੀ ਆ, IDFC ਹੈਗੀ ਆ, ਇੰਡੋਸੈਂਡ ਬੈਂਕ ਹੈਗੀ ਆ, HDFC ਹੈਗੀ ਆ, ਮਤਲਬ ਕਾਫੀ ਬੈਂਕ ਹੈਗੀਆਂ ਜਿਨ੍ਹਾਂ ਦਾ ਰੇਟ ਆਫ ਇੰਟਰਸ ਬੈਸਟ ਆ ਜੀ। ਇਹਨਾਂ ਦਾ ਕਹਿਣਾ ਹੈ ਕਿ ਮਾਰਕੀਟ ਤੋਂ ਜੋ ਅਸੀਂ ਔਫਰ ਦੇ ਰਹੇ ਹੋ ਤੁਹਾਨੂੰ ਮਾਰਕੀਟ ਤੋਂ ਕਿੱਥੇ ਵੀ ਨਹੀਂ ਮਿਲੇਗੀ। ਬਾਰ ਬਾਰ ਮੈਂ ਇਹੀ ਕਹਿ ਰਹੀ ਹਾਂ ਕਿ ਕੀ ਖਾਸ ਹੈ ਆਖਿਰ ਇੱਦਾਂ ਦੇ ਸ਼ੋਰੂਮ ਦੇ ਵਿੱਚ, ਤੁਸੀਂ ਇੱਕ ਵਾਰੀ ਵਿਜ਼ਿਟ ਕਰੋ, ਆਉਣ ਦਾ ਪੈਸਾ ਨਹੀਂ ਲੱਗਦਾ, ਦੇਖਣ ਦਾ ਪੈਸਾ ਨਹੀਂ ਲੱਗਦਾ, ਅਤੇ ਤੁਸੀਂ ਆਓ ਜ਼ਰੂਰ ਇੱਕ ਵਾਰ। ਅਤੇ ਸਰ ਬਾਈਕ ਵਗੈਰਾ ਦਾ? ਬਾਈਕ ਮੈਡਮ ਸਪਲੈਂਡਰ ਹੈਗੀ ਆਪਣੇ ਕੋਲ, ਹੈਗੀ ਪੈਸ਼ਨ ਸੁਪਰ ਹੋ ਗਿਆ ਮੈਡਮ, ਸਪਲੈਂਡਰ ਦਾ ਮੈਡਮ ਇਹ ਤਾਂ ਇਹਦੇ ਉੱਤੇ ਤੁਹਾਨੂੰ ਗੁੱਡ ਲਾਈਫ ਕਾਰਡ ਦੀ ਸਕੀਮ ਮਿਲ ਜੂਗੀ, ਪਲੱਸ 1000 ਰੁਪਏ ਦਾ ਇਹਦੇ 'ਤੇ ਡਿਸਕਾਊਂਟ ਆ, ਕੋਈ HDFC ਤੋਂ ਲੋਨ ਕਰਾਉਂਦਾ ਜਾਂ ਸੈਲਰੀ ਅਕਾਊਂਟ ਉਹਨਾਂ ਦਾ ਹੈਗਾ, 1000 ਰੁਪਏ ਤੱਕ ਦਾ ਡਿਸਕਾਊਂਟ ਮਿਲ ਜਾਣਾ, ਪਲੱਸ ਇਹਦੇ ਨਾਲ ਮੈਡਮ ਗੁੱਡ ਲਾਈਫ ਕਾਰਡ ਗਿਫਟ ਹੈ ਜੀ, ਇਹਦੇ 'ਤੇ 499 ਦਾ ਗੁੱਡ ਲਾਈਫ ਕਾਰਡ ਆ, ਉਹਦੇ 'ਤੇ ਮੈਡਮ 4800 ਤੱਕ ਦੇ ਤੁਹਾਨੂੰ ਵਾਊਚਰ ਮਿਲਣੇ, ਔਨਲਾਈਨ ਸ਼ੋਪਿੰਗ ਦੇ ਆ ਵਾਊਚਰ, ਅਤੇ ਪਲੱਸ ਤੁਹਾਨੂੰ ਇਹਦੇ ਵਿੱਚ 2 ਲੱਖ ਤੱਕ ਦਾ ਰਿਸਕਵਰ ਮਿਲਣਾ ਹੈ ਰਾਈਡਰ ਦਾ, ਜਿਹੜਾ ਗੱਡੀ ਚਲਾ ਰਿਹਾ ਉਹਨਾਂ ਦਾ 2 ਲੱਖ ਤੱਕ ਦਾ ਰਿਸਕਵਰ, ਮਤਲਬ ਇੰਸ਼ੋਰੈਂਸ ਲਾ ਕੇ ਚੱਲੋ ਆਪਾਂ। ਹਾਂਜੀ, ਬਾਕੀ ਸਰਵਿਸ ਵਗੈਰਾ ਕਰਵਾਉਂਦੇ, ਪੁਆਇੰਟਸ ਵਗੈਰਾ ਜੋੜਨੇ, ਉਹਦੇ ਨਾਲ ਗਿਫਟ ਮਿਲਣੇ ਆ ਮੈਡਮ, ਮਤਲਬ ਹਾਂ ਆਪਾਂ ਜੋ ਨੋਰਮਲੀ ਆਪਾਂ ਦੇਖਦੇ ਹਾਂ ਸਪਲੈਂਡਰ 'ਤੇ 1000-1200 ਰੁਪਈਆ ਵੱਧ ਤੋਂ ਵੱਧ ਡਿਸਕਾਊਂਟ ਮਿਲਦਾ, ਇਹਦੇ 'ਤੇ ਤੁਹਾਨੂੰ 4800 ਦੇ ਵਾਊਚਰ, ਬਾਕੀ ਪੁਆਇੰਟਸ ਜਿਹੜੇ ਮਿਲਣੇ ਗਿਫਟ ਮਿਲਣੇ ਉਹ ਵੱਖਰੇ ਮੈਡਮ, ਕਾਫੀ ਬੈਨੀਫਿਟ ਹੈਗਾ ਇਹਦੇ ਵਿੱਚ। ਅਤੇ ਡਾਊਨ ਪੇਮੈਂਟ ਕਿੰਨੀ ਕੁ ਰੱਖਣੀ ਪੈਂਦੀ ਹੈ? ਡਾਊਨ ਪੇਮੈਂਟ ਮੈਡਮ ਘੱਟ ਤੋਂ ਘੱਟ ਉਹੀ 499 ਤੱਕ ਹੋ ਜਾਂਦਾ ਘੱਟ ਤੋਂ ਘੱਟ। ਹਾਂਜੀ, ਅਤੇ ਕਿਆ ਇੱਕ ਗਰੀਬ ਬੰਦੇ ਦਾ ਵੀ ਸੁਪਨਾ ਪੂਰਾ ਹੋ ਸਕਦਾ ਕਿ ਤੁਹਾਡੇ ਸ਼ੋਰੂਮ ਤੋਂ ਬਾਈਕ ਜਾਂ ਐਕਟਿਵਾ ਲੈ ਕੇ ਜਾ ਸਕਦਾ? ਹਾਂਜੀ ਹਾਂਜੀ ਜ਼ਰੂਰ ਮੈਡਮ, ਮੈਂ ਤੁਹਾਨੂੰ ਦੱਸਿਆ ਜਿੱਦਾਂ ਘੱਟ ਤੋਂ ਘੱਟ ਡਾਊਨ ਪੇਮੈਂਟ 499 ਤੱਕ
डाउन पेमेंट करके कस्टमर लैके जा सकता गड्डी। मैडम आप ना गड्डी दे नाल गुड लाइफ कार्ड दे रहे हैं, जिदा मैं तुहानू दस्सिया वाउचर वगैरह मिलते हैं उहदे नाल, इदां जिदा गुड लाइफ कार्ड लैंदा है कोई उहदे विच ना तुहानू वाउचर मिलते हैं 4800-1200, मतलब हर एक रेंज तक वक्रे वक्रे वाउचर आ। ऑनलाइन शॉपिंग कर सकते हैं तुसीं, ऑनलाइन शॉपिंग के नाल नाल जिदा कोई रैफरेंस दिंदा जां कोई होर कस्टमर द्वारा गड्डी लैंदा उहदे ते डिस्काउंट मिलता, प्लस पॉइंट्स जोड़दे आ उहदे नाल उहनां नूं होर गिफ्ट मिलते हैं जी। जिदा जिन्हों की हाइट छोटी है सारे ने शौक हों कि असी भी एक्टिवा वगैरह चलाइए बाकियों वास्ते, तो हीरो उन्होंने वास्ते की नवा लैके आया? मैडम वो लिए स्पैशल हैगी ब्लेजर प्लस अपने तो 110 इंच है ना, तो मैं तुम आ जाओ गड्डी पा रहा जी। मैडम ब्लेजर प्लस है जी, 110cc इंजन है मैडम, ये कोई भी छोटी हाइट का भी कोई भी हो चला सकता, मतलब गड्डी हल्की है, प्लस गड्डी की कोई कंप्लेट नहीं हैगी मार्केट के, मतलब कोई कंप्लेट नहीं हैगी, रीसेल वैल्यू भी बेस्ट है, गड्डी सब तो बेस्ट है मैडम, रीसेल वैल्यू दे प्लस कोई भी हाइट का बंदा इन्हू चला सकता मैडम, कोई लेडी आ कोई जेंट्स आ हाइट के चक्कर के, हाँ जी हाँ जी जरूर चला सकता, हल्की है प्लस एवरेज बेस्ट है गड्डी। एक मैडम स्पलेंडर हैगा जिदा, मतलब BS6 मॉडल का रेट थोड़ा ज़्यादा आ, किसी कस्टमर को नीड हैगी भी इन्ने पैसे नहीं खर्च सकता उन्होंने हैगा मैडम, BS4 गड्डी भी अपने को अवेलेबल हैगी, रेट वो तो मतलब 7-8 हज़ार रुपया रेट घट आ, इस करके हैगा स्पलेंडर ही है BS4 आ, मतलब ये अपना जिदा मतलब रेट कंपेरिजन जिदा कस्टमर नहीं दे सकता BS6 का इन्ना रेट, इस करके आप BS4 भी गड्डिया है अपने को अवेलेबल। तुसी हर एवरेज के बंदे वास्ते एक मिडल फैमिली भी आके इतों चीज़ा मतलब गड्डी लै सकती बाइक वगैरह? हाँ जी जरूर मैडम, हर एक चीज़ तरह की किसी भी तरह की किसी भी कस्टमर लिए हर तरह की गड्डी अवेलेबल हैगी। हम असी इन्हों के सीनियर्स गलबात करते हैं कि इन्हों का की कहना है। सत श्रीकाल मैम। सत श्रीकाल जी। की नाम है अपना? मैं कामनी संगर। तो तुसी की कहना चाहोगे? मैं कहना चाहनी हाँ कि तुसी एक बार कॉस्मो हीरो लंबा पिंड चौंक विजिट करो, तुहानू बेस्ट सर्विस मिलेगी, आफ्टर सेल सर्विस की भी कमिटमेंट करते हैं कि बहुत अच्छी सर्विस है, और डिस्काउंट स्कीम्स जड़ियाँ हीरो वालों आई हुई बहुत अच्छी स्कीम्स आई हुई हैं, एक बार इसी जरूर विजिट करो। इतने कॉस्मो हीरो वालों तुहाडा वेलकम करते हैं कि कॉस्मो हीरो बेस्ट सर्विस एट द टाइम ऑफ डिलीवरी, आफ्टर सेल सर्विस बहुत अच्छी असी सर्विस प्रोवाइड करांगे, और स्कीम्स मार्केट से तुहानू कितनी नहीं इस तरह की स्कीम्स मिलनगे जिहड़ियां असी तुहानू स्कीम्स प्रोवाइड करके देवांगे, एक बार तुसी आओ कॉस्मो दे विच, सानू मौका दिओ सेवा दा। थैंक यू सो मच। ये नहीं सपने सारे दे पूरे हो सकते ने, बस हिम्मत होनी चाहिए उन्हों का पिछा करन दी। हुण मैं तुहाडे लई ते इन्नी अच्छी न्यूज़ लैके आ गई हूँ, बिकॉज मैं उही चीज़ा लैके आँदी हाँ जो तुहाडे वास्ते सारे लई फायदेमंद हुंदी है, तो मैं यही कहना चाहूँगी एक बार तुसी इत्थे आओ ते इत्थे आके विजिट करो, देखो की है की नहीं, तो तुसी सारे जनिया ने मैनू बहुत प्यार दिता इस चैनल के थ्रू, तो अपना प्यार हमेशा बनाए रखियो ताकि मैं इदा दी होर अच्छी अच्छी न्यूज़ तुहाडे रूबरू करवाती रहा। तद तक लिए बने रहो खबर जलंधर के नाल, सत श्री अकाल।